ਹੈਲੋ, ਸਤਿ ਸ਼੍ਰੀ ਅਕਾਲ ਐਂਡ ਸਲਾਮ ਅਲੈਕੁਮ ਸਾਰੇ ਮੇਰੇ ਦੋਸਤਾਂ ਨੂੰ, ਅਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਯੂਟਿਊਬ ਚੈਨਲ ਨੀਟਾ ਇਟਾਲੀਅਨ ਡਰਾਈਵਿੰਗ ਲਾਇਸੈਂਸ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਜਿਹਦੇ ਨਾਲ ਤੁਸੀਂ ਸਾਡੀਆਂ ਆ ਰਹੀਆਂ ਸਾਰੀਆਂ ਨਵੀਆਂ ਵੀਡੀਓ ਦੇਖ ਸਕੋ, ਅਤੇ ਜਿਹੜੇ ਮੇਰੇ ਵੀਰ ਪਾਸ ਹੋਏ ਨੇ ਉਹਨਾਂ ਬਾਰੇ ਜਾਣ ਸਕੋ ਕਿ ਉਹਨਾਂ ਨੇ ਕਿਸ ਤਰ੍ਹਾਂ ਮਹਿਸੂਸ ਕੀਤਾ ਹੈ ਲਾਇਸੈਂਸ ਦੇ ਦੌਰਾਨ। ਬਾਕੀ ਆ ਰਹੀ ਵੀਡੀਓ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਥੈਂਕ ਯੂ। ਹੁਣ ਦੇਖਦੇ ਹਾਂ ਵੀਡੀਓ ਆਪਾਂ। ਸਲਾਮ ਅਲੈਕੁਮ ਤਮਾਮ ਦੋਸਤਾਂ ਨੂੰ, ਅਤੇ ਅੱਜ ਸਾਡੇ ਸਾਰੇ ਜਿਹੜੇ ਸਟੂਡੈਂਟਸ ਹਨ ਦੋਸਤ, ਉਹਨਾਂ ਵਾਸਤੇ ਅੱਜ ਲੱਕੀ ਡੇ ਸੀ। ਅਤੇ ਮੇਰੇ ਤੋਂ ਪਹਿਲੇ 3 ਲੜਕੇ ਪਾਸ ਹੋਏ ਨੇ, ਉਹ ਪੇਪਰ ਦੇ ਕੇ ਆਏ ਨੇ, ਉਹ ਅੱਜ ਚੌਥਾ ਮੈਂ ਵਾਂ। ਅਤੇ ਅੱਲਾਹ ਤਾਲਾ ਨੇ ਮਿਹਰਬਾਨੀ ਕੀਤੀ ਹੈ, ਮੈਂ ਵੀ ਪਾਸ ਹੋਇਆ। ਅਤੇ ਤਮਾਮ ਦੋਸਤਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹਾਂਗਾ ਕਿ ਮਿਹਨਤ ਕਰੋ, ਅਤੇ ਕੁਛ ਵੀ ਇੰਪੋਸੀਬਲ ਨਹੀਂ ਹੈ। ਅਸੀਂ ਬਹੁਤ ਜ਼ਿਆਦਾ ਦੇਰ ਕੀਤੀ ਹੈ, ਸਟੱਡੀ ਸਟਾਰਟ ਕੀਤੀ ਹੈ, ਬੜੀ ਦੇਰ ਲਾਈ ਹੈ, ਸਾਨੂੰ ਪਹਿਲੇ ਪੜ੍ਹਨਾ ਚਾਹੀਦਾ ਸੀ। ਮੈਂ ਤਮਾਮ ਦੋਸਤਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਇੰਪੋਸੀਬਲ ਨਹੀਂ ਹੈ, ਇਟਾਲੀਅਨ ਲਾਇਸੈਂਸ ਕਰਨਾ ਬੜਾ ਆਸਾਨ ਹੈ। ਅਤੇ ਸਾਰੇ ਦੋਸਤ ਮਿਹਨਤ ਕਰਕੇ ਪੜ੍ਹੋ, ਇਹ ਇਨਸ਼ਾਅੱਲਾ ਅਸੀਂ ਇਟਾਲੀਅਨਾਂ ਨੂੰ ਸਾਬਤ ਕਰਕੇ ਦੱਸਾਂਗੇ ਕਿ ਅਸੀਂ ਪੜ੍ਹ ਸਕਦੇ ਹਾਂ, ਇਟਾਲੀਅਨ ਲਾਇਸੈਂਸ ਕਰ ਸਕਦੇ ਹਾਂ। ਤਮਾਮ ਦੋਸਤਾਂ ਨੂੰ ਇਹ ਮੈਸੇਜ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਪੜ੍ਹੋ। ਔਰ ਸਾਡੇ ਮਲਕੀਤ ਸਰ ਜਿਹੜੇ ਨੀਤਾ ਰਹੇ, ਇਹਨਾਂ ਦੀ ਮਿਹਰਬਾਨੀ ਹੈ ਕਿ ਇਹਨਾਂ ਨੇ ਇਹ ਰਾਹ ਰਸਤਾ ਜਿਹੜਾ ਇਹ ਅਪਣਾਇਆ, ਇਹ ਸਭ 'ਤੇ ਮਿਹਰਬਾਨੀ ਕਰ ਰਹੇ ਨੇ। ਇੰਨੀ ਅੱਛੀ ਇਹ ਮਿਹਨਤ ਕਰਵਾਉਂਦੇ ਨੇ, ਔਰ ਇਹਨਾਂ ਦਾ ਪੜ੍ਹਾਉਣ ਦਾ ਅੰਦਾਜ਼ ਜਿਹੜਾ ਉਹ ਬਹੁਤ ਅੱਛਾ ਹੈ, ਤਾਂ ਕਿ ਹਰ ਇਸ ਅੰਦਾਜ਼ ਨਾਲ ਪੜ੍ਹਾਉਂਦੇ ਨੇ ਕਿ ਹਰ ਬੰਦੇ ਨੂੰ ਸਮਝ ਆਏ। ਸਿਰਫ ਮੇਨ ਚੀਜ਼ ਇਹ ਵੇ ਕਿ ਜਿਹੜਾ ਇਹ ਪੜ੍ਹਾਉਂਦੇ ਨੇ ਉਹ ਸਮਝ ਆਉਂਦਾ, ਜਿਹਦੀ ਵਜ੍ਹਾ ਤੋਂ ਅੱਜ ਮਿਹਨਤ ਦਾ ਫਲ ਸਾਨੂੰ ਮਿਲਿਆ। ਬਹੁਤ ਸ਼ੁਕਰੀਆ। ਉਡਾਰੀ ਜਦੋਂ ਭਰ ਲਈ ਫਿਰ ਕਿੱਥੇ ਮੰਨ ਦੱਬ ਬੱਤੀਆਂ,